ਹਾਂਜੀ ਗੁੱਡ ਮਾਰਨਿੰਗ ਸਟੂਡੈਂਟਸ ਸੋ ਅੱਜ ਦੇ ਗੈਰੇਜ ਇਕਵਿਪਮੈਂਟ ਦੇ ਲੈਕਚਰ ਵਿੱਚ ਅਸੀਂ ਆਪਣਾ ਨੈਕਸਟ ਟੌਪਿਕ ਸਟਾਰਟ ਕਰਾਂਗੇ ਵਿਚ ਇਜ਼ ਹੈਕਸਾ ਸੋ ਹਾਲੇ ਤੱਕ ਆਪਾਂ ਕਈ ਤਰ੍ਹਾਂ ਦੇ ਟੂਲਸ ਬਾਰੇ ਸਟੱਡੀ ਕੀਤੀ ਜਿਨ੍ਹਾਂ ਵਿੱਚ ਸੀਗੇ ਸਕਰੂ ਗੇਜ ਓ ਸੌਰੀ ਸਕਰੂ ਡ੍ਰਾਈਵਰਸ ਉਹਦੀਆਂ ਟਾਈਪਸ ਸਪੈਨਰ ਐਂਡ ਰੈਂਚਸ ਪਲਾਇਰ ਹੈਮਰ ਚੀਜ਼ਲ ਫਾਈਲਸ ਠੀਕ ਹੈ ਸੋ ਅੱਜ ਦਾ ਜਿਹੜਾ ਅਸੀਂ ਟੂਲ ਸਟੱਡੀ ਕਰਨਾ ਹੈ ਉਹ ਹੈਗਾ ਹੈਕਸਾ ਠੀਕ ਹੈ ਹੈਕਸਾ ਤੁਸੀਂ ਸਾਰਿਆਂ ਨੇ ਆਲਰੇਡੀ ਦੇਖੇ ਹੋਣਾ ਆ ਆਪਾਂ ਕਿਉਂ ਯੂਜ਼ ਕਰਦੇ ਆ ਹੈਕਸਾ ਹੈਕਸਾ ਇੱਕ ਕਟਿੰਗ ਟੂਲ ਹੈਗਾ ਜਿਹਦੇ ਨਾਲ ਆਪਾਂ ਡਿਫਰੈਂਟ ਟਾਈਪਸ ਦੀ ਰੋਡਸ ਬਾਰ ਫਲੈਟ ਪਾਈਪਸ ਨੂੰ ਕੱਟ ਕਰਦੇ ਆ ਠੀਕ ਹੈ ਸੋ ਆ ਤੁਹਾਡੇ ਸਾਹਮਣੇ ਇੱਕ ਡਾਇਗਰਾਮ ਆ ਇੱਕ ਹੈਕਸਾ ਦੀ ਠੀਕ ਹੈ ਜੀ ਇਸ ਪਾਰਟ ਨੂੰ ਕਹਿੰਦੇ ਆ ਫਰੇਮ ਆ ਹੁੰਦਾ ਤੁਹਾਡਾ ਵਿੰਗ ਨਟ ਜਿਹਨੂੰ ਰਿਮੂਵ ਕਰਕੇ ਆਪਾਂ ਨਵਾਂ ਬਲੇਡ ਲਗਾਉਨੇ ਆ ਥਿਸ ਇਜ਼ ਬਲੇਡ ਥਿਸ ਇਜ਼ ਵੇਰੀਏਬਲ ਸਕਰੂ ਜਿਹਦੇ ਨਾਲ ਆਪਾਂ लूज या टाइट कर सकते एंड दिस इज अ हैंडल सो ये कुछ पार्ट्स होंदे हा हेक्सा ਦੇ हां जी so, सो ये सिगे एक हेक्सा ਦੇ डिफरेंट डिफरेंट पार्ट्स ठीक है सो so, हम केडे मटेरियल तो बणया हुंदा ਜਿਹੜਾ ਇਹਦਾ ਫਰੇਮ ਹੁੰਦਾ ਬੇਟਾ ਇਹ ਹੁੰਦਾ ਹੈ ਮਾਈਲਡ ਸਟੀਲ ਤੋਂ ਬਣਿਆ ਠੀਕ ਹੈ ਤੇ ਜਿਹੜੇ ਆਪਣੇ ਬਲੇਡ ਹੁੰਦਾ ਆ ਉਹਨੂੰ ਆਪਾਂ ਇਹ ਵਿੰਗ ਨਟ ਦੇ ਨਾਲ ਹੈਲਪ ਦੇ ਨਾਲ लूज या टाइट ਕਰਦੇ ਆ ਓਪਨ ਕਰਦੇ ਆ ਜਾਂ ਨਵਾਂ ਲਗਾਉਣਾ ਹੋਵੇ ਜਿਹੜਾ ਮਟੀਰੀਅਲ ਹੁੰਦਾ ਬਲੇਡ ਦਾ ਉਹ ਹੁੰਦਾ ਬੇਟਾ ਹਾਈ ਕਾਰਬਨ ਸਟੀਲ ਜਾਂ ਹਾਈ ਸਪੀਡ ਸਟੀਲ ਠੀਕ ਹੈ ਤੇ ਜਿਹੜੇ ਇਹਦੇ ਟੀਥਸ ਹੁੰਦੇ ਆ ਠੀਕ ਹੈ ਇਸ ਡਾਇਗਰਾਮ ਦੇ ਵਿੱਚ ਟੀਥਸ ਨਹੀਂ ਹੈਗੇ ਦੰਦੇ ਜਿਹੜੇ ਹੁੰਦੇ ਆ ਉਹ ਹੁੰਦੇ ਆ ਜ਼ਿਗਜ਼ੈਗ ਪੋਜੀਸ਼ਨ ਦੇ ਵਿੱਚ ਠੀਕ ਹੈ ਤੇ ਆਪਾਂ ਇਥੋਂ ਹੈਂਡਲ ਤੋਂ ਫੜ ਕੇ ਇਹਨੂੰ ਆਪਰੇਟ ਕਰਦੇ ਹਾਂ ਸੋ ਇਹ ਸੀਗੀ ਤੁਹਾਡੀ ਹੈਕਸ ਜਿਹੜਾ ਹੁਣ ਨੈਕਸਟ ਇਹ ਹੈਗਾ ਆ ਟਾਪਿਕ ਇਹ ਹੈਗਾ ਆ ਬੇਟਾ ਇੱਕ ਇੰਪੋਰਟੈਂਟ ਟਾਪਿਕ ਟਿਊਬ ਫਲੇਰਿੰਗ ਠੀਕ ਹੈ ਕਿਊ ਫਲੇਰਿੰਗ ਕੀ ਹੁੰਦੀ ਆ ਤੁਸੀਂ ਦੇਖਿਆ ਹੋਣਾ ਤੁਹਾਡੇ ਘਰ ਜੇ ਕਿਸੇ ਦਾ ਏਸੀ ਲੱਗਾ ਹੋਵੇ ਉਹਦੀ ਕਾਪਰ ਦੀ ਪਾਈਪਸ ਹੁੰਦੀਆਂ ਇੱਕ ਪਾਈਪ ਤੋਂ ਦੂਸਰੀ ਪਾਈਪ ਨੂੰ ਜਦੋਂ ਕੰਬਾਈਨ ਕਰਦੇ ਆ ਉਥੇ ਆਪਾਂ ਫਲੇਰਿੰਗ ਟੂਲ ਦਾ ਯੂਜ਼ ਕਰਦੇ ਆ ਠੀਕ ਹੈ ਜੀ ਬੇਸਿਕਲੀ ਕੀ ਆ ਆਪਾਂ ਪਾਈਪ ਇਹਦੇ ਵਿੱਚ ਇਨਸਰਟ ਕਰਨਾ ਹੈ ਜਿਹੜੇ ਹੋਲਸ ਬਣੇ ਹੋਏ ਆ ਤੇ ਇੱਥੇ ਟੂਲ ਹੁੰਦਾ ਫਲੇਅਰ ਟੂਲ ਫਲੇਰਿੰਗ ਟੂਲ ਆ ਆਹ ਹੁੰਦੀ ਯੋਕ ਆਹ ਹੁੰਦਾ ਫਲੇਅਰ ਟੂਲ ਇਹਦੀ ਹੈਲਪ ਦੇ ਨਾਲ ਆਪਾਂ ਦੂਸਰੇ ਪਾਈਪ ਨੂੰ ਥੋੜਾ ਜਿਹਾ ਓਪਨ ਕਰ ਦੇਣਾ ਉਹਦੇ ਉੱਪਰ ਪ੍ਰੈਸ਼ਰ ਪਾ ਕੇ ਥੋੜਾ ਜਿਹਾ ਓਪਨ ਕਰਦਾ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਉਹਦੇ ਵਿੱਚ ਜ਼ਿਆਦਾ ਕਲੀਅਰ ਹੋਏਗਾ ਸੋ ਵਾਟ ਇਜ਼ ਫਲੇਰਿੰਗ ਫਲੇਰਿੰਗ ਅਲੋਜ਼ ਯੂ ਟੂ ਕਨੈਕਟ ਟਿਊਬਸ ਟੂ ਈਚ ਅਦਰ অর ਅਨਦਰ ਕਾਈਂਡ ਆਫ ਫਿਟਿੰਗ ਫਲੇਅਰਡ ਐਂਡ ਟੈਂਡਸ ਟੂ ਹੈਵ ਐਨ ਅਪਰੋਕਸੀਮੇਟਲੀ ਕੋਨਿਕਲ ਸ਼ੇਪ ਦਾ ਮੋਸਟ ਪਪੂਲਰ ਫਲੇਰਿੰਗ ਟੂਲ ਫਾਰ ਕਾਪਰ ਟਿਊਰਿੰਗ ਇਜ਼ ਦੀ ਬਾਰ ਟਾਈਪ ਟੂਲ ਵਿਚ ਇਨਕਲੂਡ ਮਲਟੀਪਲ ਬਿਟਸ ਟੂ ਅਕਾਮੋਡੇਟ ਡਿਫਰੈਂਟ ਪਾਈਪ অর ਟਿਊਬ ਸਾਈਜ਼ਸ ਠੀਕ ਹੈ ਜੀ ਸੋ ਇਹ ਕਿਸ ਤਰ੍ਹਾਂ ਕ ਹਾਂਜੀ ਸੋ ਸਟੂਡੈਂਟ ਆ ਹੈਗੇ ਆ ਤੁਹਾਡੇ ਫਲੇਅਰ ਟੂ ਟੋਟਲ ਫਲੇਅਰਿੰਗ ਟੂਲ ਸਾਰੇ ਇਹ ਇੱਕੋ ਇਹਨੂੰ ਫਲੇਅਰਿੰਗ ਟੂਲ ਕਹਿੰਦੇ ਆ ਠੀਕ ਹੈ ਆ ਜਿਹੜਾ ਕੰਪੋਨੈਂਟ ਹੈਗਾ ਆ ਇਹਨੂੰ ਕਹਿੰਦੇ ਆ ਆਪਣਾ ਫਲੇਅਰਿੰਗ ਕੋਨ ਸੌਰੀ ਥਿਸ ਇਜ਼ ਫਲੇਅਰਿੰਗ ਕੋਨ ਥਿਸ ਪਾਰਟ ਠੀਕ ਹੈ ਇਸ ਸਿਸ ਨੂੰ ਕਹਿੰਦੇ ਆ ਯੋਕ ਆ ਜਿਹੜਾ ਸਿਲਵਰ ਪਾਰਟ ਤੁਹਾਨੂੰ ਦਿਖ ਰਿਹਾ ਇਹਨੂੰ ਕਹਿੰਦੇ ਆ ਯੋਕ ਤੇ ਜਿਹੜਾ ਹਿੱਸਾ ਪਾਈਪ ਦੇ ਵਿੱਚ ਜਾ ਕੇ ਜਿਹਨੇ ਫਲੇਅਰ ਪਾਉਣਾ ਹੈ ਉਹਨੂੰ ਕਹਿੰਦੇ ਆ ਫਲੇਅਰਿੰਗ ਯੋਕ ਇਹਨੂੰ ਕਹਿੰਦੇ ਆ ਬਾਰ ਫਲੇਅਰਿੰਗ ਬਾਰ ਠੀਕ ਹੈ ਤੇ ਆ ਜਿਹੜੀ ਹੈਂਡਲ ਹੈਗੀ ਇਹਨੂੰ ਕਹਿੰਦੇ ਆ ਟੋਮੀ ਬਾਰ ਠੀਕ ਹੈ ਥਿਸ ਇਜ਼ ਟੋਮੀ ਬਾਰ ਹੁਣ ਆਪਾਂ ਫਲੇਅਰ ਟੂਲ ਕਿਸ ਤਰ੍ਹਾਂ ਯੂਜ਼ ਕਰਨਾ ਹੈ ਤੁਹਾਨੂੰ ਦੱਸਾਂਦੇ ਆ ਠੀਕ ਹੈ ਹੁਣ ਤੁਸੀਂ ਦੇਖੋ ਉੱਥੇ ਹੁਣ ਆ ਕੋਪਰ ਟਿਊਬ ਨੂੰ ਫਲੇਰਿੰਗ ਕਰਨੀ ਆ ਸੋ ਆਪਾਂ ਕੀ ਕਰਾਂਗੇ ਕੋਪਰ ਟਿਊਬ ਉਸ ਸਾਈਜ਼ ਦੇ ਹੋਲ ਵਿੱਚ ਇਨਸਰਟ ਕਰਾਂਗੇ ਆ ਤੁਹਾਡੇ ਵਿੰਗ ਨਟ ਲੱਗੇ ਹੋਏ ਆ ਇਹ ਨਟ ਉਸ ਬਾਅਦ ਆਪਾਂ ਟਿਊਬ ਉਹਦੇ ਵਿੱਚ ਪਾ ਕੇ ਨਟ ਵੇਟ ਵਿੰਗ ਨਟ ਹੈਗੇ ਆ ਉਹਨਾਂ ਨੂੰ ਟਾਈਟ ਕਰ ਦੇਣਾ ਠੀਕ ਆ ਸੋ ਕੋਪਰ ਟਿਊਬ ਨੂੰ ਆਪਾਂ ਫਲੇਅਰ ਕਰਨ ਲੱਗੇ ਆ ਉਹ ਫਲੇਰਿੰਗ ਦਾ ਮਤਲਬ ਕੀ ਆ 45 ਡਿਗਰੀ ਐਂਗਲ ਤੇ ਉਹਨੂੰ ਕੋਨਿਕਲ ਸ਼ੇਪ ਦੇ ਦੇਣਾ ਉਹਦੇ ਐਂਡ ਨੂੰ ਕੋਨਿਕਲ ਸ਼ੇਪ ਦੇ ਦੇਣਾ ਤਾਂ ਜੋ ਦੂਸਰਾ ਪਾਸਾ ਉਹਦੇ ਵਿੱਚ ਫਸ ਸਕੇ ਸੋ ਆਹ ਦੇਖਿਆ ਤੁਸੀਂ ਯੋਗ ਉਹਦੇ ਉੱਪਰ ਲਗਾਇਆ ਤੇ ਹੁਣ ਜਿਹੜਾ ਫਲੇਅਰ ਟੂਲ ਹੈਗਾ ਆ ਠੀਕ ਹੈ ਉਹਨੂੰ ਆਪਾਂ ਟਾਈਟ ਕਰ ਦਾਂਗੇ ਤੇ ਉਹਨੇ ਇਹਨੂੰ ਇੱਥੇ 45 ਡਿਗਰੀ ਐਂਗਲ ਦੇ ਉੱਪਰ ਫਲੇਅਰ ਕਰ ਦੇਣਾ ਹੈ ਕੋਨਿਕਲ ਸ਼ੇਪ ਦੇ ਵਿੱਚ ਕਨਵਰਟ ਕਰ ਦੇਣਾ ਠੀਕ ਹੈ ਸੋ ਇਸ ਤਰ੍ਹਾਂ ਯੋਗ ਨੂੰ ਤੇ ਫਲੇਰਿੰਗ 바ਰ ਦੇ ਉੱਪਰ ਲਗਾ ਕੇ ਆਪਾਂ ਟਾਈਟ ਕਰੀ ਜਾਣਾ ਹੈ ਟੋਮੀ 바ਰ ਦੇ ਨਾਲ ਤੇ ਉਹਨੇ ਉਹਨੂੰ ਫਲੇਅਰ ਸ਼ੇਪ ਦੇ ਦੇਣੀ ਆ ਇਸ ਪ੍ਰੋਸੈਸ ਨੂੰ ਕਹਿੰਦੇ ਆ ਫਲੇਰਿੰਗ ਠੀਕ ਹੈ ਸੋ ਤੁਸੀਂ ਦੇਖ ਸਕਦੇ ਆ ਇੱਥੇ ਵਿੱਚ ਹੁਣ ਉਹਦੀ ਸ਼ੇਪ ਐਂਡ ਦੀ ਚੇਂਜ ਹੋ ਗਈ ਹੋਈ ਆ 45 ਡਿਗਰੀ ਐਂਗਲ ਤੇ ਹੋ ਗਿਆ ਹੋਇਆ ਤੇ ਹੁਣ ਆਪਾਂ ਇਹਨੂੰ ਪਾਈਪ ਨਾਲ ਕਨੈਕਟ ਕਰ ਸਕਦੇ ਆ ਠੀਕ ਹੈ सो येगा फरिंग टूल ज फरिंग प्रोसैस याद रखना दिस इज योक दिस इज फ्लेयरिंग बार कौन ए दिस इज फ्लेयरिंग बार ठीक है तो हूँ अक्सट टॉपिक हैगा दैट इज़ टैप्स एंड डाइस हाँ जी हूँ टैप्स एंड डाइज की होंगे हैं ਸਾਰਿਆਂ ਨੇ ਦੇਖਿਆ ਹੋਣਾ ਆਪਣੇ ਘਰਾਂ ਦੇ ਵਿੱਚ ਪਲੰਬਰ ਲੱਗੇ ਹੋਣ ਤਾਂ ਉਹ ਪਾਈਪ ਦੇ ਉੱਪਰ ਚੂੜੀਆਂ ਪਾਉਂਦੇ ਆ ਇੱਕ ਮਸ਼ੀਨ ਦੀ ਹੈਲਪ ਦੇ ਨਾਲ ਠੀਕ ਹੈ ਜੀ ਉਹ ਹੁੰਦੀ ਹੈ ਡਾਈ ਜਦੋਂ ਆਪਾਂ ਕਿਸੇ ਮਟੀਰੀਅਲ ਤੇ ਕਿਸੇ ਪਾਈਪ ਤੇ ਕਿਸੇ ਰੋਡ ਦੇ ਉੱਪਰ ਐਕਸਟਰਨਲ ਥ੍ਰੈਡ ਪਾਉਣੇ ਆ ਉਹਦੇ ਬਾਹਰ ਥ੍ਰੈਡ ਪਾਉਣੇ ਜਿੰਦਾ ਆਪਾਂ ਘਰਾਂ ਦੇ ਵਿੱਚ ਪਾਈਪ ਲੱਗਦੇ ਜਿਹੜੇ ਆਪਣੇ ਪਾਈਪ ਯੂਜ਼ ਕਰਦੇ ਆ ਆਪਾਂ ਪਾਣੀ ਦੇ ਸਪਲਾਈ ਦੇ ਲਈ ਘਰਾਂ ਦੇ ਵਿੱਚ ਉਹਦੇ ਜਿਹੜੀ ਐਕਸਟਰਨਲ ਥ੍ਰੈਡਿੰਗ ਆ ਬਾਹਰਲੇ ਪਾਸੇ ਜਿਹੜੇ ਥ੍ਰੈਡ ਪਾਉਣੇ ਆ ਚੂੜੀ ਪਾਉਣੀ ਆ ਉਹ ਜਿਹੜਾ ਇਕਵਿਪਮੈਂਟ ਯੂਜ਼ ਕਰਦੇ ਆ ਉਹਨੂੰ ਕਹਿੰਦੇ ਆ ਡਾਈ ਠੀਕ ਹੈ ਤੇ ਟੈਪਸ ਕੀ ਹੁੰਦੀਆਂ ਜੇ ਕਿਸੇ ਪਾਈਪ ਦੇ ਇੰਟਰਨਲ ਸਾਈਡ ਤੇ ਅੰਦਰਲੀ ਸਾਈਡ ਤੇ ਆਪਾਂ ਚੂੜੀਆਂ ਪਾਉਣੀ ਆ ਉਹਦੇ ਲਈ ਆਪਾਂ ਯੂਜ਼ ਕਰਦੇ ਆ ਟੈਪਸ ਠੀਕ ਹੈ ਸੋ ਇੰਨਾ ਹੀ ਡਿਫਰੈਂਸ ਆ ਇੰਟਰਨਲ ਥਰੈਡਿੰਗ ਦੇ ਲਈ ਟੈਪਸ ਐਂਡ ਆਊਟਰ ਥਰੈਡਿੰਗ ਦੇ ਲਈ ਡਾਈਸ ਠੀਕ ਹੈ ਸੋ ਆ ਹੈ ਗਈ ਤੁਹਾਡੀ ਇੱਕ ਸਿੰਪਲ ਟੈਪ ਠੀਕ ਹੈ ਇਹ ਹੁੰਦੀ ਹੈ ਸ਼ੈਂਕ ਆ ਹੁੰਦੇ ਆ ਥਰੈਡ ਜਿਹੜੇ ਆਪਾਂ ਪਾਈਪ ਦੇ ਵਿੱਚ ਇਹ ਰੋਡ ਨੂੰ ਇਨਸਰਟ ਕਰਨਾ ਹੈ ਤੇ ਉਸ ਤੋਂ ਬਾਅਦ ਘਮਾਉਣਾ ਹੈ ਠੀਕ ਹੈ ਘਮਾਉਣਾ ਕਿੰਦਾ ਹੈ ਆ ਆ ਤੁਸੀਂ ਦੇਖ ਲਓ ਹੁਣ ਆ ਹੁੰਦੀ ਹੈ ਤੁਹਾਡਾ ਡਾਈ ਜਿਹਦੇ ਨਾਲ ਆਪਾਂ ਪਾਈਪ ਦੇ ਵਿੱਚ ਐਕਸਟਰਨਲ ਥਰੈਡ ਪਾਉਂਦੇ ਹਾਂ ਥਿਸ ਇਜ਼ ਡਾਈ ਤੇ ਆ ਹੁੰਦੀਆਂ ਟੈਪਸ ਇਹਨਾਂ ਨੂੰ ਆਪਾਂ ਇਹਦੇ ਵਿੱਚ ਫਸਾ ਕੇ ਉਸ ਪਾਈਪ ਦੇ ਅੰਦਰ ਚੂੜੀ ਪਾਣੀ ਆ ਤੇ ਇਸ ਇਸ ਚੀਜ਼ ਨੂੰ ਕਹਿੰਦੇ ਆ ਟੈਪਸ ਠੀਕ ਹੈ ਸੋ ਇਹ ਸੀਗਾ ਤਾਂ ਡਾਈ ਇੱਕ ਸਿੰਪਲ ਜਿਹਾ ਐ ਟੈਪ ਐਂਡ ਡਾਈ ਦਾ ਡਿਫਰੈਂਸ ਟੈਪਸ ਐਂਡ ਡਾਈਜ਼ ਆਰ ਟੂਲ ਯੂਜ਼ਡ ਟੂ ਕ੍ਰੀਏਟ ਪਰਪਸ ਸਕਿਊ ਥਰੈਡ ਵਿਚ ਇਜ਼ ਕਾਲ ਥਰੈਡਿੰਗ ਮੈਨੀ ਆਰ ਕਟਿੰਗ ਟੂਲਸ ਅਦਰ ਆਰ ਫਾਰ ਮੇ ਟੂਲਸ ਏ ਟੈਪ ਇਜ਼ ਯੂਜ਼ਡ ਟੂ ਕਟ অর ਫਾਰਮ ਦਾ ਫੀਮੇਲ ਪੋਰਸ਼ਨ ਆਫ ਦਾ ਮੀਟਿੰਗ ਪਾਰਟ ਯਾਨੀ ਕਿ ਇਨਸਾਈਡ ਥਰੈਡਿੰਗ ਨੂੰ ਆਪਾਂ ਟੈਪਸ ਦੇ ਨਾਲ ਕਰਨਾ ਹੈ ਤੇ ਆਊਟਸਾਈਡ ਥਰੈਡਿੰਗ ਨੂੰ ਡਾਈਜ਼ ਦੇ ਨਾਲ ਕਰਨਾ ਹੈ ਆਲਰੇਡੀ ਤੁਸੀਂ ਸਾਰੇ ਟੂਲਸ ਇਹ ਦੇਖੇ ਹੀ ਹੋਣੇ ਆ ਸੋ ਇੱਕ ਵਾਰ ਰਿਮਾਈਂਡਰ ਹੀ ਹੈਗਾ ਤੁਹਾਡੇ ਲਈ ਠੀਕ ਹੈ ਸੋ ਇਹ ਸੀਗਾ ਤੁਹਾਡਾ ਅੱਜ ਦਾ ਟੌਪਿਕ ਹੁਣ ਇਸ ਤੋਂ ਬਾਅਦ ਸਾਡੇ ਇੱਕ ਦੋ ਟੋਪਿਕ ਹੀ ਰਹਿ ਗਏ ਆ ਉਸ ਤੋਂ ਬਾਅਦ ਸਾਡਾ ਸਿਲੇਬਸ ਸੋਰੀ ਫਸਟ ਚੈਪਟਰ ਖਤਮ ਹੋ ਜਾਏਗਾ ਠੀਕ ਹੈ ਤੇ ਐਮਐਸਟੀ ਦੇ ਵਿੱਚ ਜਿੰਨਾ ਵੀ ਆਪਾਂ ਕਰ ਲਾਂਗੇ ਸਾਰਾ ਹੀ ਆਏਗਾ ਹੌਕ ਬੈਟ ਥੈਂਕ ਯੂ